ਮੇਰੇ ਬੂਟ ਵਹਾ ਮੈਂ ਨਵੇਂ ਲਏ ਆ ਰਾਜ ਵਕਾਰ ਟੱਕਰ ਮੈਂ ਇਹਦੇ ਨਾਲ ਬੂਟ ਨਵੇਂ ਲਏ ਆ ਸੂਟ ਵੀ ਮੈਂ ਨਵਾਂ ਸਵਾਇਆ ਹੀ ਇਹ ਆ ਹਰੀਸਾ ਜੀ ਬੜਾ ਮਸ਼ਹੂਰ ਇਥੋਂ ਦਾ ਹਰੀਸਾ ਮੈਂ ਕਹਿ ਕੇ ਮੰਗਵਾਇਆ ਭਾਈ ਵੀ ਚੱਕਦੇ ਅਸੀਂ ਕੋਈ ਨਹੀਂ ਜੇ ਨਹੀਂ ਨਹੀਂ ਮੈਂ ਕਿਹਾ ਵੀ ਚੱਕਦੇ ਕੋਈ ਨਹੀਂ ਹਰੀਸਾ ਲੈ ਕੇ ਆਇਓ ਜੀ ਅਸੀਂ ਲੈ ਕੇ ਆਏ ਅਸੀਂ ਕੋਈ ਨਹੀਂ ਚੱਕੇ ਨਾ ਨਕਸ਼ਾ ਇੱਟ ਲੱਗੀ ਇਹਨਾਂ ਤੇ ਲੋ ਜਿਹੜੀ ਬਰੀਕ ਆ ਸਾਈਡਾਂ ਬੰਦ ਕੀਤੀਆਂ ਗਈਆਂ ਵਿੱਚ ਬੋਰਡ ਦੇ ਦਰਖਤ ਜਿਹੜੇ ਨਾ ਪਿੱਪਲ ਦੇ ਬੋਰਡ ਦੇ ਪਿੱਪਲ ਦੇ ਉੱਗੇ ਨੇ ਇੱਥੇ ਫੈਸਲੇ ਫੁਸਲੇ ਲੋਕਾਂ ਦੇ ਕਰਦੇ ਸਨ ਆਵਾਮ ਦੇ ਉਹਨਾਂ ਦੇ ਮਸਾਇਲ ਸੁਣਦੇ ਸਨ ਬਹੁਤ ਸੋਹਣੀ ਪਿਆਰੀ ਬਿਲਡਿੰਗ ਨਕਸ਼ੋ ਨਿਗਾਰ ਬਹੁਤ ਸੋਹਣੇ ਬਹੁਤ ਖੂਬਸੂਰਤ ਹਲੇ ਵੀ ਬਿਲਕੁਲ ਨੁਮਾਇਆ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਇੱਥੇ ਆਪਾਂ ਪਹੁੰਚ ਗਏ ਉੱਥੇ ਜਿੱਥੇ ਮੈਂ 5 ਸਾਲ ਪਹਿਲਾਂ ਵੀ ਆ ਕੇ ਗਿਆ ਸੀ ਇਹ ਲੱਗੀ ਤਖਤੀ ਰੈਜੀਡੈਂਸ ਆਫ ਸਰਦਾਰ ਹਰੀ ਸਿੰਘ ਨਲਵਾ 1761 ਤੋਂ 1831 ਥੱਲੇ ਉਰਦੂ 'ਚ ਲਿਖਿਆ ਮਕਾਮ ਰਿਹਾਇਸ਼ ਸਰਦਾਰ ਹਰੀ ਸਿੰਘ ਨਲਵਾ ਇਹ 5 ਸਾਲ ਪਹਿਲਾਂ ਵੀ ਤਖਤੀ ਇੱਥੇ ਮੌਜੂਦ ਸੀ ਜਦੋਂ ਮੈਂ ਅਸੀਂ ਇੱਥੋਂ ਹੋ ਕੇ ਗਏ ਹਾਂ ਮਹਾਰਾਜਾ ਰਣਜੀਤ ਸਿੰਘ ਬੌਂਡ 2 ਨਵੰਬਰ 1780 ਇਹ ਤਖਤੀ ਲੱਗੀ ਹੈ ਜੀ ਇੱਥੇ ਇਹ ਉਹ ਜਗ੍ਹਾ ਜਿੱਥੇ ਇਸ ਕਮਰੇ 'ਚ ਦੱਸਦੇ ਕਿ ਉਹਨਾਂ ਦੀ ਪੈਦਾਇਸ਼ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਅਸਲਾਮ ਵਾਲੇਕਮ ਜੀ ਸਤਿ ਸ਼੍ਰੀ ਅਕਾਲ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ ਅਸੀਂ ਲੈਲਪੁਰ ਤੋਂ ਇਸ ਵੇਲੇ ਜੀ ਨਿਕਲ ਪਏ ਵਾਹਵਾ ਦਿਨਾਂ ਬਾਅਦ ਮਿਲਣਾ ਅੱਜ ਫਿਰ ਪੰਜਾਬੀ ਟਰੈਵਲ ਕਪਲ ਨੂੰ ਰਿਪਨ ਖੁਸ਼ੀ ਨੂੰ ਅਤੇ ਅਗਲੇ ਵਲੌਗ ਜਿਹੜੇ ਤੁਹਾਡਾ ਸ਼ੇਅਰ ਕਰਨੇ ਅੱਜ ਅਸੀਂ ਜਾਣਾ ਗੁਜਰਾਂਵਾਲਾ ਗੁਜਰਾਂਵਾਲਾ ਕੀ ਵੇਖਣਾ ਇਸ ਵਲੌਗ 'ਚ ਤੁਹਾਨੂੰ ਵੇਖਣ ਨੂੰ ਮਿਲੇਗਾ ਜਾਵਾਂਗੇ ਆਪਾਂ ਮਹਾਂ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਫਾਦਰ ਸਾਹਿਬ ਉਹਨਾਂ ਦੇ ਘਰ ਉਸ ਤੋਂ ਬਾਅਦ ਹਵੇਲੀ ਆ ਮਹਾਰਾਜਾ ਰਣਜੀਤ ਸਿੰਘ ਦੀ ਉੱਥੇ ਅਤੇ ਫਿਰ ਹਰੀ ਸਿੰਘ ਨਲਵਾ ਦਾ ਘਰ ਆ ਉੱਥੇ ਹੁਣ ਮਦਰਸਾ ਬਣਿਆ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਵਲੌਗ ਦੇ ਵਿੱਚ ਸਾਰਾ ਕੁਝ ਤੁਹਾਨੂੰ ਵੇਖਣ ਨੂੰ ਮਿਲੇਗਾ ਅਤੇ ਜੁੜੇ ਰਹਿਣਾ ਸਾਡੇ ਨਾਲ ਕੌਣ ਕੌਣ ਆ ਰਿਹਾ ਸਾਨੂੰ ਜੁਆਇਨ ਕਰ ਰਿਹਾ ਵੇਖਣਾ ਨਾ ਭੁੱਲਣਾ ਆ ਜਾਓ ਫਿਰ ਇਸ ਬੰਦੇ ਦਾ ਇਸਤਕਬਾਲ ਕਰ ਦਿਓ ਮੇਰੇ ਬੂਟ ਵਹਾ ਮੈਂ ਨਵੇਂ ਲਏ ਰਾਹ 'ਚ ਵਕਾਰ ਟੱਕਰ ਮੈਂ ਇਹਦੇ ਨਾਲ ਬੂਟ ਨਵੇਂ ਲਏ ਆ ਸੂਟ ਵੀ ਮੈਂ ਨਵਾਂ ਸਵਾਇਆ ਹੀ ਤੂੰ ਕੀ ਨਵਾਂ ਲਿਆ ਮੇਰੇ ਗੱਡੀ 'ਚ ਪਏ ਨੇ ਵੇਖੋ ਇਹਨੇ ਜਾਲੀ ਜਾਲੀ ਗੁੱਚੀ ਲੈ ਲਈ ਜੇ ਭਰਾਵਾ ਹਾਲੇ ਨਹੀਂ ਹੈ ਪੈਸੇ ਕੀ ਕਰੀਏ ਜਦੋਂ ਆਉਣਗੇ ਲਿਲਾਂਗੇ ਅਸਲੀ ਲਿਲਾਂਗੇ ਮੈਂ ਕਿਹਾ ਸ਼ੌਕ ਤੇ ਪਗਾਈਏ ਚਲੋ ਤੂੰ ਆਪਣੇ ਬੂਟ ਇਹਨੇ ਲੈ ਲਏ ਤੇ ਅਸੀਂ ਗੱਡੀ ਦੇ ਬੂਟ ਲੈ ਲਏ ਆ ਆਪਣੇ ਮੇਰੇ ਕੋਲ ਲੈ ਨਹੀਂ ਗਏ ਮੈਂ ਚੱਲ ਗੱਡੀ ਦੇ ਪਾ ਲਈਏ ਤੁਸੀਂ ਇਹ ਹੀ ਪਾ ਲਿਓ ਨਾਲੇ ਖੁੱਲੇ ਹੋਣਗੇ ਅੱਗੇ ਜਰਾਬਾਂ ਧੁੰਨ ਕੇ ਨਾ ਦੋਸਤੋ ਇੱਥੇ ਹੀ ਆਉਣਾ ਅੱਗੋਂ ਉਹਨਾਂ ਨੇ ਰਿਪਨ ਖੁਸ਼ੀ ਹੋਣਾ ਨਾਲ ਉਹਨਾਂ ਨੂੰ ਵੀ ਲੈ ਕੇ ਆਪਾਂ ਫਿਰ ਅੱਗੇ ਵੱਧਦੇ ਹਾਂ ਅੱਜ ਦੇ ਸਫ਼ਰ ਦੇ ਵਿੱਚ ਵਕਾਰ ਨਾਲ ਵਿਕਾਸ ਇਹਦਾ ਭਰਾ ਛੋਟਾ ਲਾ ਕੇ ਤੁਰ ਜਾਏਗਾ ਅੱਜ ਦਾ ਸਫ਼ਰ 2-3 ਦਿਨ ਦਾ ਅਸੀਂ ਇਕੱਠੇ ਰਵਾਂਗੇ ਜਾਣ ਨਹੀਂ ਦੇਣਾ ਇਹਨੂੰ ਜਾਣ ਨਹੀਂ ਵੱਡਾ ਹੈ ਮੇਰੇ ਤੋਂ ਵੱਡਾ ਵੱਡਾ ਸੌਰੀ ਸੌਰੀ ਵੱਡਾ ਇਹ ਸਟਾਰ ਹੈ ਲੋ ਜੀ ਸਾਡੇ ਨਾਲ ਦੇ ਬੰਦੇ ਵੀ ਆ ਗਏ ਆ ਰਿਪਨ ਖੁਸ਼ੀ ਹੋਣੀ ਆ ਉਹਨਾਂ ਦੀ ਗੱਡੀ ਆ ਗਈ ਨਾਲ ਜੀ ਬਥੇਰੇ ਲੱਦੇ ਨਾਲ ਬੰਦੇ ਕਿਹੜੇ ਕਿਹੜੇ ਆ ਪਹਿਲਾਂ ਸ਼ੁਰੂ ਹੋ ਗਿਆ ਜੀ ਖਰਚਾ ਹੋਰ ਕੀ ਹਾਲ ਚਾਲ ਲੋ ਜੀ ਵਾਹਵਾ ਦਿਨਾਂ ਬਾਅਦ ਮਿਲ ਪਏ ਆਪਾਂ ਜੀ ਫਿਰ ਇੱਕ ਵਾਰ ਵਧੀਆ ਤੂੰ ਸੁਣਾ ਠੀਕ ਠਾਕ ਸੇ ਠੀਕ ਹੈ ਸਰੀ ਆ ਇਧਰ ਵੇਖੋ ਤੁਹਾਡੀ ਵਾਲੀ ਕੋਠੀ ਆ ਨਾ ਸਸਰੀ ਕਾਲ ਨਹੀਂ ਕੁਝ ਹੋਰ ਨਹੀਂ ਹੈ ਕੀ ਹਾਲ ਹੈ ਠੀਕ ਹੋ ਵਧੀਆ ਤੁਸੀਂ ਸੁਣਾਓ ਸਹੀ ਗੱਲ ਆ ਬੀਬੀਆਂ ਲਈ ਅੱਛਾ ਨਹੀਂ ਜੀ ਅੱਗੇ ਹੈਗਾ ਖੜ ਲੋ ਕਿਤੇ ਹਾਂ ਪਹੁੰਚ ਗਏ ਹੈ ਗੁਜਰਾਂਵਾਲਾ ਮੇ ਇਹਨਾਂ ਨੂੰ ਭੁਲੇਖਾ ਪੈ ਜਾਂਦਾ ਨਾ ਦੂਜੀ ਵਾਰੀ ਹੱਥ ਨਹੀਂ ਆਉਂਦੇ ਹੋਰ ਵੀ ਠੀਕ ਠਾਕ ਅਲਹਮਦੁਲਿਲਾ ਸੇ ਠੀਕ ਹੈ ਤੁਹਾਡੀ ਵਾਲੇਕੁਮ ਸਲਾਮ ਲੋ ਜੀ ਵੇਖੋ ਦੁਨੀਆ ਇਹਨਾਂ ਨੂੰ ਲੱਭਦੀ ਰਹਿੰਦੀ ਹੈ ਤੇ ਇਹ ਸਾਡੇ ਨਾਲ ਹੀ ਆ ਗਏ ਨੇ ਇੱਕ ਨਾਲ ਇੱਕ ਫਰੀ ਲੈਂਦਾ ਇੱਕ ਨਾਲ ਇੱਕ ਫਰੀ ਹੋਰ ਜੀ ਠੀਕ ਹੋਰ ਆ ਰਹੀ ਗੱਡੀ ਹਾਂਜੀ ਹਾਂਜੀ ਆ ਰਹੇ ਨੇ ਨਾਲ ਹੱਥ ਬੜਾ ਆਨੰਦ ਆਉਂਦਾ ਹੱਥ ਹੱਥ ਧੋ ਲੋ ਜੀ ਹੱਥ ਧੋ ਕੇ ਰੋਟੀ ਖਾਣੀ ਉਦਾਂ ਨਹੀਂ ਖਾਣਦੇ ਜੀ ਨਾ ਆਪਾਂ ਨੂੰ ਧੋ ਕੇ ਆਏ ਜੀ KFC ਚ ਧੁੱਪ ਤੇ ਕਰਨਾ ਨਾਸ਼ਤਾ
ਤੇ ਬਾਅਦ ਲੋਕਾਂ ਦਾ ਰੰਗ ਅੱਗੇ ਕਾਲਾ ਕੁਛ ਦਾ ਕਾਲਾ ਹੋ ਰਿਹਾ ਨਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਆਪਾਂ ਤਾਂ ਪਹਿਲੇ ਪਾਸੇ ਬੈਠਾ ਅੱਜ ਤਾਂ ਅਲੀ ਗੋਲੀ ਪਹਿਲੇ ਆਏ ਨੇ ਮੈਂ ਆਪਣੀ ਗੱਲ ਕਰਨ ਆ ਰੋਟੀ ਗਈ ਆ ਆ ਬੰਦੇ ਗਿਆ ਟੁੱਟ ਕੇ ਗਏ ਪੈ ਹੁਣ ਨਾਸ਼ਤਾ ਬ੍ਰੇਕਫਾਸਟ ਕੀਤਾ ਨਹੀਂ ਸੀ ਹੁਣ ਬ੍ਰੇਕਫਾਸਟ ਕਰਕੇ ਆਪਾਂ ਸਾਰਿਆਂ ਨੇ ਫਿਰ ਨਿਕਲਣਾ ਇੱਥੋਂ ਅੱਜ ਦਾ ਵਲੌਗ ਜਿਹੜਾ ਸਟਾਰਟ ਕਰਨਾ ਰਸਤੇ 'ਚ ਰੁਕ ਗਏ ਮੇਰੇ ਦੋਸਤ ਨੇ ਵਕਾਰ ਭਾਈ ਵਕਾਰ ਚੰਦ ਸਾਹਿਬ ਆ ਗਏ ਖਿਦਮਤ ਕਰ ਰਹੇ ਸਰ ਜੀ ਹਰੀਸਾ ਲੈ ਕੇ ਹਰੀਸਾ ਲਿਆਂਦਾ ਨਾ ਜੀ ਜੀ ਹਰੀਸਾ ਜਿਹੜਾ ਪੇਪਰ ਹਰੀਸਾ ਇੱਥੋਂ ਦਾ ਬੜਾ ਮਸ਼ਹੂਰ ਹਰੀਸਾ ਇੱਥੋਂ ਦਾ ਹਰੀਸਾ ਵਾਹ ਜੀ ਇਹ ਆਹ ਹਰੀਸਾ ਜੀ ਬੜਾ ਮਸ਼ਹੂਰ ਇੱਥੋਂ ਦਾ ਹਰੀਸਾ ਮੈਂ ਕਹਿ ਕੇ ਮੰਗਵਾਇਆ ਬਾਈ ਵੀ ਚੱਕਦੇ ਅਸੀਂ ਕੋਈ ਨੀ ਜੇ ਮੈਂ ਕਿਹਾ ਵੀ ਚੱਕਦੇ ਕੋਈ ਨੀ ਹਰੀਸਾ ਲੈ ਕੇ ਆਇਓ ਜੀ ਅਸੀਂ ਲੈ ਕੇ ਆਏ ਅਸੀਂ ਕੋਈ ਨੀ ਚੱਕੇ ਇਹ ਆਪਣਾ ਭਾਈ ਜੀ ਆਹ ਹਰੀਸਾ ਵਾ ਮੈਂ ਕਹਿ ਕੇ ਮੰਗਵਾਇਆ ਬਹੁਤ ਜ਼ਬਰਦਸਤ ਇਹ ਵੀ ਚੈੱਕ ਕਰਿਓ ਚਾਹੇ ਪੀਵਾਂਗੇ ਚਾਹੇ ਤਾਂ ਕਹਿ ਦਿਓ ਭਾਅ ਜੀ ਫਟਾਫਟ ਸਰ ਲਓ ਜੀ ਨਾਸ਼ਤਾ ਪਾ ਲਿਆ ਕਰ ਹਵੇਲੀ ਜਾ ਲੈ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਰਵਾਲ ਦੀ ਬਰਥ ਪਲੇਸ ਆ ਉੱਥੇ ਮਦਰਸਾ ਹੁੰਦਾ ਸੀ ਉਹ ਹੁਣ ਉੱਥੋਂ ਮਦਰਸਾ ਖਾਲੀ ਸ਼ਾਇਦ ਉੱਥੇ ਕੋਈ ਮਦਰਸਾ ਹੀ ਹੋਵੇ ਕਿਉਂਕਿ ਮੈਂ ਜੋ ਮੌਕਾ ਨਹੀਂ ਦੇਖਿਆ ਲੇਕਿਨ ਉਹ ਅੰਦਰ ਜਾ ਕੇ ਪੂਰੀ ਮਾਰਕੀਟ ਗੋਸ਼ਤ ਵਾਲੀ ਤੇ ਸਬਜ਼ੀ ਵਾਲੀ ਮਾਰਕੀਟ ਅੰਦਰ ਜਾ ਕੇ ਮੱਛੀ ਮਾਰਕੀਟ ਜਿੱਥੇ ਆਪਾਂ ਜਾਣਾ ਠੀਕ ਹੈ ਤੇ ਇਧਰੋਂ ਵਕਾਰ ਦੇ ਫੈਨ ਆਈ ਜਾਂਦੇ ਨੇ ਧੜਾ ਧੜ ਫੋਟੋ ਖਿਚਾਉਣ ਵਾਸਤੇ ਚੜਾਈ ਆ ਬਾਈ ਵਕਾਰ ਦੀ ਭਲਵਾਨਾਂ ਦਾ ਸ਼ਹਿਰ ਤੇ ਸਰਦਾਈ ਵਾਲੀਆਂ ਦੁਕਾਨਾਂ ਵੇਖੋ ਨਾ ਥਾਂ ਥਾਂ ਤੇ ਸਰਦਾਈ ਵਾਲੀਆਂ ਤੇ ਭਲਵਾਨੀ ਸਰਦਾਈ ਡਰਾਈ ਫਰੂਟ ਇੱਧਰ ਆ ਡੰਗਰਾਂ ਦੇ ਤਲਿਆਰੇ ਔਰ ਡੰਗਰਾਂ ਦੇ ਗਲਾਂ 'ਚ ਪਾਉਣ ਵਾਲੀਆਂ ਟੱਲੀਆਂ ਰੱਸੀਆਂ ਇਹ ਸਾਰਾ ਕੁਛ ਇੱਥੋਂ ਲੱਭਦਾ ਆ ਕਈਆਂ ਦੇ ਦਸਤੇ ਵਗੈਰਾ ਵਾਲੀ ਦੁਕਾਨ ਹੈ ਹਾਂਜੀ ਇਹ ਗੋਲ ਸਰਾਫਾ ਬਾਜ਼ਾਰ ਹੈ ਬਾਜ਼ਾਰ ਚੂੜੀ ਕਰਾਂ ਇੱਥੇ ਗੋਲਡ ਟੈਸਟਿੰਗ ਲੈਬਾਰਟਰੀਜ਼ ਜਿਹੜੀਆਂ ਨੇ ਨਾ ਉਹ ਸਾਰੀਆਂ ਇੱਥੇ ਨੇ ਮੇਨ ਸਰਾਫਾ ਬਾਜ਼ਾਰ ਜਿਹੜਾ ਸਾਡਾ ਉਹ ਦੂਸਰਾ ਨਿੱਕਾ ਚੌਂਕ ਉਹ ਵੀ ਅੰਦਰੂਨ ਸ਼ਹਿਰ ਦੇ ਵਿੱਚ ਹੀ ਹੈ ਲੇਕਿਨ ਇੱਥੇ ਥੋੜ੍ਹਾ ਬਹੁਤ ਹੁੰਦਾ ਸਰਾਫ ਦਾ ਵੀ ਕੰਮ ਲੇਕਿਨ ਜ਼ਿਆਦਾ ਉੱਧਰ ਹੀ ਹੈ ਕੰਮ ਉਡੀਕਦੇ ਆਪਾਂ ਇਹਨਾਂ ਫੈਸਲ ਭਾਈ ਨੂੰ ਜੀ ਫੈਸਲ ਭਾਈ ਨੇ ਫੈਸਲ ਭਾਈ ਕੋਲ ਜਿਹੜੀ ਇਹ ਕਸਟੋਡੀਅਨ ਨੇ ਹਵੇਲੀ ਦੇ ਚਾਬੀ ਇਹਨਾਂ ਦੇ ਕੋਲ ਹੈ ਉਸ ਦੇ ਇਹਨਾਂ ਦੇ ਵਾਲਦ ਸਾਹਿਬ ਦੇ ਕੋਲ ਜਦੋਂ ਤੁਹਾਡਾ ਸੁਬਾ ਫੋਨ ਆਇਆ ਫਿਰ ਇਹਨਾਂ ਨਾਲ ਰਾਬਤਾ ਕੀਤਾ ਅੱਛਾ ਮਹਾਰਾਜਾ ਦੇ ਗਵਾਂਢੀ ਹੈ ਮਹਾਰਾਜਾ ਦੇ ਗਵਾਂਢੀ ਅਸੀਂ ਬੇਸਿਕਲੀ ਕੇ ਟੇਕਰਾਂ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਜਾਇ ਵਲਾਦਤ ਜਿਹੜੀ ਹਵੇਲੀ ਉਹਦੇ ਕੇ ਟੇਕਰਾਂ ਸੀ ਆਓ ਫਿਰ ਚਲੀ ਆਪਾਂ ਆ ਜਾਓ ਹੁਣ ਹਵੇਲੀ ਦੇ ਲਾਗੇ ਆਪਾਂ ਆ ਗਏ ਹਾਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਬਰਥ ਪਲੇਸ ਇਹਨਾਂ ਦੇ ਨਾਂ ਅਤੇ ਹਵੇਲੀ ਇੱਥੇ ਗੁਜਰਾਲਾ ਦਾ ਸ਼ਹਿਰ ਜਿਹੜਾ ਵਾ ਮੇਨ ਮੱਛੀ ਮਾਰਕੀਟ ਉਹਦੇ ਵਿੱਚ ਇੱਧਰ ਪੁਰਾਣੀ ਜਿਹੜੀ ਇੱਟ ਨਾ ਉਹ ਛੋਟੀ ਇਹਨੂੰ ਆਪਾਂ ਉਹ ਨਾਨਕ ਸ਼ਾਹੀ ਸਟਾਈਲ ਜਿਹੜਾ ਕਹਿੰਦੇ ਉਹ ਲੱਗੀ ਅਤੇ ਇੱਥੇ ਵਾਹਵਾ ਸਿੰਘ ਪਹਿਲਾਂ ਵੀ ਮੈਂ ਤਾਂ ਲਵਲੀ ਆਇਆ ਸਾਂ ਵਿਜ਼ਿਟ ਕਰਕੇ ਗਿਆ ਬਲਕਿ ਦੋ ਦਫ਼ਾ ਉਸ ਤੋਂ ਬਾਅਦ ਆਏ ਫਿਰ ਪੰਨੂ ਸਾਹਿਬ ਆਏ ਸੀ ਉਦੋਂ ਆਏ ਸਾਂ ਵਿਜ਼ਿਟ ਕਰਕੇ ਗਏ ਸਾਂ ਅਤੇ ਹਾਲੀ ਸੇਮ ਐਜ਼ ਇਟ ਉਸੇ ਤਰ੍ਹਾਂ ਹੀ ਹੈ ਜਿਵੇਂ ਅਸੀਂ ਲਾਸਟ ਟਾਈਮ ਵੇਖ ਕੇ ਗਏ ਸਾਂ ਇਹਦੀਆਂ ਦੋ ਨੇ ਫਲੋਰ ਜਿਹੜੇ ਨੇ ਦੋ ਨੇ ਅਸੀਂ ਉਦੋਂ ਉੱਤੇ ਚੜ੍ਹ ਕੇ ਵੇਖਿਆ ਸੀ ਸਾਰਾ ਹਾਂ ਸੀੜੀਆਂ ਜਾਂਦੀਆਂ ਇਹਨਾਂ ਸਾਈਡਾਂ ਤੋਂ ਇਹ ਸਾਰਾ ਜੀ ਅੰਦਰ ਵਾਲੀ ਹਵੇਲੀ ਹਾਂਜੀ ਉਸ ਟਾਈਮ ਦੀ ਖੂਬਸੂਰਤ ਤਰੀਨ ਹਵੇਲੀ ਉਦੋਂ ਬਣਾਈ ਹੋਣੀ ਮਹਾਰਾਜਾ ਨੇ ਲੇਕਿਨ ਵਕਤ ਦੇ ਨਾਲ ਨਾਲ ਖੂਬਸੂਰਤੀ ਜਿਹੜੀ ਉਹ ਮਦੂਮ ਹੋ ਗਈ ਆਸਤਾ ਆਸਤਾ ਖਤਮ ਹੀ ਹੋ ਰਹੀ ਹੈ ਕਿਉਂ ਵਕਾਰ ਭਾਈ ਮੈਂ ਕਿਹਾ ਵੀ ਖੂਬਸੂਰਤ ਹਵੇਲੀ ਸੀ ਉਦੋਂ ਦੇ ਟਾਈਮ ਦੇ ਆਪਣੀ ਹੋਈ ਜ਼ਬਰਦਸਤ ਜੀ ਲੇਕਿਨ ਹੁਣ ਵਕਤ ਦੇ ਨਾਲ ਨਾਲ ਆਸਤਾ ਆਸਤਾ ਫਿਰ ਸ਼ਾਹਕਾਰ ਦੇਖੋ ਛੋਟੀ ਇੱਟ ਦਾ ਕੰਮ ਹੋਇਆ ਅਤੇ ਛੋਟੀ ਇੱਟ ਦੇ ਵਿੱਚ ਵੇਖੋ ਉਹਦੇ ਵਿੱਚ ਵੀ ਨਕਸ਼ਨਕਾਰੀ ਹੋਈ ਹੈ ਅਤੇ ਇਹ ਉਸ ਵਕਤ ਬੜੇ ਕੋ ਆਰਟਿਸਟ ਹੋਣਗੇ ਜਿਨ੍ਹਾਂ ਨੇ ਸਾਰਾ ਕੰਮ ਕੀਤਾ ਲੇਕਿਨ ਉਹ ਹੀ ਹੈ ਕਿ ਇਹਦੀ ਕੋਈ ਦੇਖਭਾਲ ਨਹੀਂ ਹੋ ਰਹੀ ਜਿਹਦੀ ਵਜ੍ਹਾ ਤੋਂ ਸਾਰਾ ਹੁਣ ਪਿੱਛੋਂ ਜਿਸ ਤਰ੍ਹਾਂ ਸਾਰਾ ਗਿਰ ਗਿਆ ਉਹ ਤੋਂ ਛੱਤਾਂ ਗਿਰ ਗਈਆਂ ਹੁਣ ਇੱਕ ਸਾਈਡ ਦਾ ਚੁਬਾਰਾ ਸਿਰਫ ਰਹਿ ਗਿਆ
ਪਹਿਲਾਂ ਉਹ ਚੁਬਾਰੇ ਉੱਤੇ ਵੀ ਉੱਥੇ ਕਾਫੀ ਸੀ 4 ਸਾਲ ਪਹਿਲਾਂ ਆਏ ਸਨ ਜੀ ਜੀ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਬੌਂਡ 2 ਨਵੰਬਰ 1780 ਇਹ ਤਖੀ ਲੱਗੀ ਹੈ ਜੀ ਇੱਥੇ ਇਹ ਉਹ ਜਗ੍ਹਾ ਜਿੱਥੇ ਇਸ ਕਮਰੇ 'ਚ ਦੱਸਦੇ ਕਿ ਉਹਨਾਂ ਦੀ ਪੈਦਾਇਸ਼ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਇਸ ਹਵੇਲੀ ਦਾ ਸਟਰਕਚਰ ਵੈਸੇ ਤਾਂ ਬਾਅਦ 'ਚ ਜਿਹੜੀ ਹੈ ਇਹਨੂੰ ਦੁਬਾਰਾ ਤਮੀਰ ਕੀਤੀ ਗਈ ਜਾਂਦੀਆਂ ਹੈਗੀਆਂ ਗੁੱਠਾਂ ਗੱਠਾਂ ਅਤੇ ਵੈਸੇ ਪਤਾ ਲੱਗਦਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਫਾਦਰ ਸਨ ਜਿਹੜੇ ਮਹਾਂ ਸਿੰਘ ਉਹਨਾਂ ਦੀ ਪੁਜ਼ੀਸ਼ਨ ਜਿਹੜੇ ਸ਼ੁਕਰ ਚੱਕੀਆ ਮਿਸਲ ਦੇ ਵੀ ਸਨ ਆਗੂ ਉਹਨਾਂ ਦੀ ਪੁਜ਼ੀਸ਼ਨ ਠੀਕ ਸੀ ਮਾਲੀ ਤੌਰ 'ਤੇ ਵੀ ਮੁਸਤਹਿਕਮ ਸੀ ਉਦੋਂ ਦਾ ਮਤਲਬ ਉਹਨਾਂ ਦਾ ਰਹਿਣ ਸਹਿਣ ਦਾ ਜਿਹੜਾ ਵਾ ਉਹ ਦੱਸਦੇ ਆ ਵੀ ਕਿਸ ਤਰ੍ਹਾਂ ਸੀ ਇਹ ਬੇਸ਼ੱਕ ਬਾਅਦ 'ਚ ਬਣਾਈ ਗਈ ਹੋਏਗੀ ਇਹਦਾ ਪ੍ਰੋਪਰ ਮੈਨੂੰ ਵੀ ਹਿਸਟਰੀ ਦਾ ਨਹੀਂ ਪਤਾ ਸੀ ਲਾਸਟ ਟਾਈਮ ਇਹਦੀ ਡਾਕੂਮੈਂਟਰੀ ਬਣਾਈ ਸੀ ਲੇਕਿਨ ਜਿੰਨਾ ਕੁ ਨੌਲੇਜ ਜਿੰਨਾ ਕੁ ਪਤਾ ਉਹਨਾਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਇੱਥੇ ਅਸੀਂ ਹਵੇਲੀ ਫਿਰਨੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਪੈਦਾਇਸ਼ ਤੋਂ ਜਦੋਂ ਉਹਨਾਂ ਦੀ 1780 ਦੀ ਪੈਦਾਇਸ਼ ਹੈ ਉਹਦੇ ਤੋਂ ਵੀ ਕੁਛ ਇੱਕ ਸੌ ਸਾਲ ਪਹਿਲਾਂ ਦੀ ਬਣਾਈ ਗਈ ਕਿਉਂਕਿ ਇੱਟਾਂ ਜਿਹੜੀਆਂ ਪੁਰਾਣੀਆਂ ਨਕਸ਼ਾ ਇੱਟਾਂ ਇਹਨਾਂ ਤੋਂ ਵੀ ਪਤਾ ਲੱਗਦਾ ਅਤੇ ਤਾਰੀਖਦਾਨ ਵੀ ਦੱਸਦੇ ਅਤੇ ਹੁਣ ਅਸੀਂ ਅੱਗੇ ਜਾਵਾਂਗੇ ਥੋੜ੍ਹਾ ਜਿਹਾ ਨਾਲ ਬਿਲਕੁਲ ਹਰੀ ਸਿੰਘ ਨਲਵਾ ਦੀ ਬਰਥ ਪਲੇਸ ਆ ਹਵੇਲੀ ਹੈ ਛੋਟੀ ਜਿਹੀ ਉੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਉੱਥੇ ਮਦਰਸਾ ਬਣ ਚੁੱਕਿਆ ਹੁਣ ਵੀ ਉਹਨਾਂ ਨੇ ਜਗ੍ਹਾ ਸੰਭਾਲੀ ਉਸ ਲੇਟਾਂ ਸੁਟਾਂ ਲੱਗੀਆਂ ਅਸੀਂ ਲਾਸਟ ਟਾਈਮ ਵੀ ਐਸ ਵਿਜ਼ਿਟ ਕਰਕੇ ਗਏ ਅਤੇ ਉੱਥੇ ਤੁਹਾਨੂੰ ਲੈ ਕੇ ਚੱਲਾਂਗੇ ਆਪਾਂ ਚੱਲਦੇ ਹੁਣ ਉਸ ਹਵੇਲੀ ਦੇ ਵਿੱਚ ਉਸ ਹਵੇਲੀ ਦੇ ਵਿੱਚ ਕਿਸ ਤਰ੍ਹਾਂ ਦਾ ਹੋਣਾ ਹਵੇਲੀ ਉਦੋਂ ਦੀ ਹਰੀ ਸਿੰਘ ਨਲਵਾ ਦੀ ਜਿਹੜਾ ਬਰਥ ਪਲੇਸ ਹੈ ਉਹਦਾ ਦੱਸਿਆ ਜਾਂਦਾ ਵੀ ਇੱਥੋਂ ਵੀ ਅਤੇ ਉਸ ਉਹਨਾਂ ਦੇ ਘਰ ਥੱਲੇ ਦੀ ਇੱਕ ਸੁਰੰਗ ਸੀ ਜਿਹੜੀ ਸ਼ੇਰਾਂ ਵਾਲੇ ਬਾਗ ਤੱਕ ਜਾਂਦੀ ਸੀ ਮਤਲਬ ਜਦੋਂ ਉਹ ਸੈਰ ਕਰਨ ਜਾਂਦੇ ਸੀ ਉਹ ਥੱਲੇ ਦੀ ਅੰਡਰਗਰਾਊਂਡ ਸੁਰੰਗ ਦੇ ਜ਼ਰੀਏ ਜਾਂਦੇ ਸੀ ਉੱਥੇ ਆਪਾਂ ਚੱਲਦੇ ਤੁਹਾਨੂੰ ਲੈ ਕੇ ਆ ਜਾਓ ਕੀ ਹਾਲ ਚਾਲ ਠੀਕ ਠਾਕ ਇੱਥੇ ਗੁਜਰਾਂ ਵਾਲੇ ਤੁਸੀਂ ਕੀ ਕਰਦੇ ਸਾਰੇ ਗੋਲਡ ਦਾ ਕਿ ਆਪ ਤੇ ਪਾਇਆ ਨਹੀਂ ਤੁਸੀਂ ਹੈ ਮਹਿੰਗਾ ਬੜਾ ਸਰ ਮਹਿੰਗਾ ਬੜਾ ਮਹਿੰਗਾ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਤੇ ਕਿਵੇਂ ਪਤਾ ਲੱਗਾ ਪ੍ਰਾਹੁਣੇ ਆਏ ਇਹ ਦੋਸਤੋਂ ਨਹੀਂ ਬਤਾਇਆ ਤੇ ਪੰਜਾਬੀ ਬੋਲ ਉਰਦੂ ਨਹੀਂ ਫੇਰ ਉਰਦੂ ਤੁਹਾਡਾ ਪੇਜ ਫਾਲੋ ਕੀਤਾ ਹਾਂ ਐਦਾਂ ਗੁਜਰਾਂਵਾਲੇ ਵਾਲੇ ਤੇ ਪੰਜਾਬੀ ਬੋਲਦੇ ਰਗੜਵੀਂ ਤੁਸੀਂ ਉਰਦੂ ਬੋਲਣ ਦੇ ਪਤਾ ਲੱਗਾ ਸੀ ਆ ਗਏ ਤੁਹਾਡੇ ਕਿਉਂਕਿ ਮੈਂ ਰਾਤੀ ਵੇਖ ਰਿਹਾ ਸੀ ਜਦੋਂ ਕਸੂਰ ਜਾ ਰਹੇ ਸੀ ਉਹ ਭਾਈ ਸਨ ਜ਼ੇਬੀ ਹੰਜਰਾ ਨੂੰ ਮਿਲ ਕੇ ਤੁਸੀਂ ਹਾਂ ਫਿਰ ਉਹ ਇੱਕ ਹੋਰ ਸਨ ਭਾਈ ਉਹਨਾਂ ਦਾ ਕੀ ਨਾਮ ਅੰਜਮ ਅੰਜਮ ਹਾਂ ਅੰਜਮ ਸਰੋਇਆ ਹਾਂ ਅੱਛਾ ਅੱਛਾ ਸਿਆਣੇ ਕਹਿੰਦੇ ਨੇ ਚਲੋ ਮਿਹਰਬਾਨੀ ਵੀਰੇ ਤੁਸੀਂ ਆਏ ਮਿਲਣ ਵਾਸਤੇ ਸ਼ੁਕਰੀਆ ਤੁਹਾਡੀ ਮੁਹੱਬਤ ਦਾ ਸ਼ੁਕਰੀਆ ਕਿਹੜਾ ਜੂਸ ਪੀਏਗਾ ਸਰ ਮਿਹਰਬਾਨੀ ਤੁਹਾਡੀ ਤੁਹਾਡਾ ਜੂਸ ਆ ਤੁਹਾਡੀ ਮੁਹੱਬਤ ਆ ਜਿਵੇਂ ਆਪਾਂ ਮਿਲੇ ਨਾ ਤੁਸੀਂ ਆ ਕੇ ਇਹ ਹੀ ਸਾਰਾ ਕੁਛ ਇਹ ਆ ਜੀ ਨਿੱਕੇ ਨਿੱਕੇ ਨੇ ਬਾਜ਼ਾਰ ਹਾਂਜੀ ਜਾਣਦੇ ਹੁਣ ਹਰੀ ਸਿੰਘ ਨਲਵਾ ਦੇ ਜਿਹੜੇ ਬਰਥ ਪਲੇਸ ਆ ਉੱਥੇ ਉਹਨਾਂ ਦਾ ਘਰ ਆ ਜਿਹੜੀ ਪਿਛਲੀ ਗਲੀ ਨੇ ਮੱਛੀ ਮਾਰਕੀਟ ਅਸੀਂ ਇੱਧਰ ਦੀ ਪਹਿਲਾਂ ਆਈ ਦਾ ਸੀ ਜਿਹੜੀ ਹਵੇਲੀ ਹੈ ਨਾ ਆਪਣਾ ਮੈਂ ਵੇਖ ਕੇ ਆਇਆ ਪਾਉਣੇ ਯਾਰ ਤੰਗ ਕਰ ਰਿਹਾ ਕਾਫੀ ਵਾਰ ਆਏ ਹੋਣਗੇ ਇੱਥੇ ਪਹਿਲਾਂ ਵੀ 5 ਸਾਲ ਪਹਿਲਾਂ ਅਸੀਂ ਆਏ ਹਾਂ ਇੱਥੇ ਇੱਕ ਵਾਰੀ 5 ਸਾਲ ਪਹਿਲਾਂ ਆਏ ਫਿਰ ਉਹ ਪੰਨੂ ਸਾਹਿਬ ਆਏ ਉਦੋਂ ਆਏ 3-4 ਵਾਰੀ ਆਏ ਅੱਛਾ ਵੀ ਸਾਡੀ ਲਾਸਟ ਵੀਡੀਓ ਜਿਹੜੀ 5 ਸਾਲ ਪਹਿਲਾਂ ਸੀ ਇਹ ਗਲੀ ਹੋਰ ਤੰਗ ਹੋ ਗਈ ਅੱਗੋਂ ਇੱਥੇ ਲਾਸਟ ਟਾਈਮ ਜਦੋਂ ਅਸੀਂ ਆਏ ਸਨ ਹਾਂਜੀ ਉਦੋਂ ਤੇ ਮੌਲਵੀ ਸਾਹਿਬ ਉਹਨਾਂ ਨੇ ਮਦਰਸਾ ਬਣਾਇਆ ਸੀ ਤੇ ਸਕੂਲ ਉਹਦੇ ਵਿੱਚ ਅੱਛਾ ਘਰ ਹਾਂ ਬੱਚੇ ਪੜ੍ਹਦੇ ਸੀ ਅੱਛਾ ਜਿਹੜਾ ਉਹਨਾਂ ਦਾ ਬਰਥ ਪਲੇਸ ਹੈ ਅੱਛਾ ਤੇ ਉਹ ਵਿਖਾਵਾਂਗੇ ਤੁਹਾਨੂੰ ਉੱਥੇ ਨਾ ਜਿਹੜੀ ਥੱਲੇ ਸੁਰੰਗ ਜਾਂਦੀ ਹੈ ਸੁਰੰਗ ਦੋਵੇਂ ਸੁਰੰਗਾਂ ਮਹਾਰਾਜਾ ਰਣਜੀਤ ਸਿੰਘ ਵਾਲੀ ਹਵੇਲੀ ਦੀ ਤੇ ਇਹਨਾਂ ਦੀ ਦੋਵੇਂ ਸੁਰੰਗਾਂ ਇਕੱਠੀਆਂ ਹੋ ਕੇ ਹਾਂਜੀ ਇਕੱਠੀਆਂ ਹੋ ਕੇ ਜਾਂਦੀਆਂ ਸੀ ਆ ਗਏ ਆ ਬਿਲਕੁਲ ਇੱਧਰ ਵੇਖੀ ਉੱਥੇ ਅੱਛਾ ਇਹ ਪਹੁੰਚ ਗਏ ਹਾਂ ਇਹ ਪਹੁੰਚ ਗਏ ਆਪਾਂ ਪਹੁੰਚ ਗਏ ਉੱਥੇ ਜਿੱਥੇ ਮੈਂ 5 ਸਾਲ ਪਹਿਲਾਂ ਵੀ ਆ ਕੇ ਗਿਆ ਸੀ ਇਹ ਲੱਗੀ ਤਖਤੀ ਰੈਜੀਡੈਂਸ ਆਫ ਸਰਦਾਰ ਹਰੀ ਸਿੰਘ ਨਲਵਾ 1761 ਤੋਂ 1831 ਥੱਲੇ ਉਰਦੂ 'ਚ ਲਿਖਿਆ ਮਕਾਮ ਰਿਹਾਇਸ਼ ਸਰਦਾਰ ਹਰੀ ਸਿੰਘ ਨਲਵਾ ਇਹ 5 ਸਾਲ ਪਹਿਲਾਂ ਵੀ ਤਖਤੀ ਇੱਥੇ ਮੌਜੂਦ ਸੀ ਜਦੋਂ ਅਸੀਂ ਇੱਥੋਂ ਹੋ ਕੇ ਗਏ ਪੁਰਾਣੇ ਦਰਵਾਜ਼ੇ ਉਸੇ ਤਰ੍ਹਾਂ ਸਾਨੂੰ ਲੱਗੇ ਇੱਥੇ ਇੱਕ ਥੱਲੇ ਦੀ ਸੁਰੰਗ ਵੀ ਜਾਂਦੀ ਜਿਵੇਂ ਤੁਹਾਨੂੰ ਦੱਸਿਆ ਉਹਦਾ ਵੀ ਨਿਸ਼ਾਨ ਕੋਈ ਨਾ ਕੋਈ ਹੋਣਾ ਕਿਉਂ ਭਾਈ ਸਾਹਿਬ ਉਹ ਸੁਰੰਗ ਜਿਹੜੀ ਜਾਂਦੀ ਹੈ ਇੱਕ ਬਿਲਕੁਲ ਸੀੜੀਆਂ ਦੇ ਨਾਲ ਸੀ ਸੁਰੰਗ ਵਾਲੀ ਜਗ੍ਹਾ ਸੀ ਜਿੱਥੇ ਸੁਰੰਗ ਸੀ ਉਹ ਆਉਂਦੇ ਬੰਦ ਹੋ ਚੁੱਕੀ ਹੁਣ ਅਤੇ ਆਹ ਪਹਿਲੇ ਦਾ ਉਹੀ ਹਾਲ ਹੈ ਉੱਤੇ ਮਦਰਸਾ ਬਣ ਚੁੱਕਿਆ ਬੱਚੇ ਪੜ੍ਹਦੇ ਆ ਨਾਲ ਮਸਜਿਦ ਬਣੀ ਹੋਈ ਆ
ਆਰਚ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਉਹੀ ਸੇਮ ਪੁਰਾਣੀ ਇੱਟ ਦੇ ਬਣਿਆ ਸਾਰਾ। ਅਗਲਾ ਕਮਰਾ, ਕਮਰੇ ਦੇ ਵਿੱਚ ਉਹੀ ਪੁਰਾਣੇ ਦਰਵਾਜ਼ੇ ਜਿਹੜੇ ਆ ਲੱਗੇ। ਕਾਰੀਗਰੀ ਵੇਖੋ ਤੁਸੀਂ ਕੈਸੀ ਹੋਈ ਆ ਉਹਦੀ। ਕਮਾਲ ਜੀ, ਮੈਂ ਕਿਹਾ ਕੈਸੀ ਕਾਰੀਗਰੀ ਹੋ ਰਹੀ ਹੈ। ਇਹਦੇ ਵਿੱਚ ਖਾਸ ਦੇਖਣ ਵਾਲੀ ਚੀਜ਼ ਦੇਖੋ, ਇਹ ਇੱਕ ਤਸਵੀਰ ਬਣਾਈ ਹੈ ਗਣੇਸ਼ ਜੀ ਦੀ ਹੈ। ਹਾਂ ਇਹ ਵੇਖੋ ਨਾ, ਹਾਂ ਸਾਰਾ ਕੁਝ ਤੁਸੀਂ ਗੋਲ ਗੋਲ ਇਸੇ ਤਰ੍ਹਾਂ ਹੀ। ਅਗਰ ਅੰਦਰ ਤੁਸੀਂ ਛੱਤ ਦੇਖੋ ਇਸ ਕਮਰੇ ਦੀ, ਹਾਂ ਉਸ ਵਕਤ ਦੀ ਲੱਕੜੀ ਦਾ ਕੰਮ ਹੈ, ਸੀਲਿੰਗ ਦੇ ਤੌਰ ਤੇ ਇਸਤੇਮਾਲ ਹੋਇਆ। ਹਾਂ ਲੱਕੜੀ ਦਾ ਕੰਮ ਹੋਇਆ ਸਾਰਾ। ਆਪਣੇ ਦੌਰ ਦੀ ਖੂਬਸੂਰਤੀ ਦੀ ਯਾਦ ਤਾਜ਼ਾ ਕਰਾਉਂਦੀ ਜੀ, ਕਿੱਡਾ ਖੂਬਸੂਰਤ ਬਣਾਇਆ ਗਿਆ। ਆਹ ਵੇਖੋ ਨਾ, ਇਹ ਬਣਾਏ ਗਏ ਹਵਾ ਵਾਲੇ ਨਾ, ਰੋਸ਼ਨਦਾਨ ਵੀ, ਅਤੇ ਫਿਰ ਵੀ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਨਾਲ ਬੜਾ ਸਿਕਿਉਰ ਜਿਹਾ ਰੱਖਿਆ ਗਿਆ ਰੋਸ਼ਨਦਾਨ। ਵਾਹ ਜੀ ਵਾਹ। ਲਓ ਜੀ, ਆਪਾਂ ਹੁਣ ਨਿਕਲ ਗਏ ਉੱਥੋਂ ਹਵੇਲੀ, ਜਿਹੜੀ ਬਰਥ ਪਲੇਸ ਸੀ ਹਰੀ ਸਿੰਘ ਨਲਵਾ ਦੀ, ਜਿਹੜੇ ਜਥੇਦਾਰ ਸਨ, ਸਿੱਪਾ ਸਲਾਹ ਸਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ, ਉਹਨਾਂ ਦੇ ਘਰੋਂ ਨਿਕਲ ਕੇ ਹੁਣ ਅਸੀਂ ਜਾਂਦੇ ਪਏ ਹੈਗੇ ਸ਼ੇਰਾਂਵਾਲਾ ਬਾਗ। ਸ਼ੇਰਾਂਵਾਲਾ ਬਾਗ ਜਿਹੜਾ ਉੱਥੇ ਮਹਾ ਸਿੰਘ ਦੀ ਸਮਾਧੀ ਵੀ ਹੈ, ਉਸ ਤੋਂ ਬਾਅਦ ਉਹਨਾਂ ਦਾ ਘਰ ਵੀ ਛੋਟਾ ਜਿੱਥੇ ਸੱਥ ਲੱਗਦੀ ਹੁੰਦੀ ਸੀ, ਜਿੱਥੇ ਫੈਸਲੇ ਵਗੈਰਾ ਕਰਦੇ ਸੀ, ਉਹ ਵੀ ਉੱਥੇ ਹੈ। ਉਸ ਤੋਂ ਬਾਅਦ ਉੱਥੇ ਹੀ ਜਿਹੜੀਆਂ ਭਲਵਾਨ ਨੇ ਉਹਨਾਂ ਦੀਆਂ ਕੁਸ਼ਤੀਆਂ ਵਗੈਰਾ ਹੁੰਦੀਆਂ ਨੇ, ਪ੍ਰੈਕਟਿਸ ਕਰਦੇ ਆਪਣੀ ਰੂਟੀਨ ਦੀ ਰੋਜ਼ਾਨਾ ਦੀ, ਉਹਦੇ 'ਤੇ ਵੀ ਤੁਹਾਨੂੰ ਵਿਖਾਵਾਂਗੇ ਅੱਜ ਲੈ ਕੇ ਚੱਲਦੇ। ਸੋ ਆਪਾਂ ਫੌਰਨ ਹੁਣ ਚੱਲਦੇ ਹਾਂ ਸ਼ੇਰਾਂਵਾਲਾ ਬਾਗ। ਸ਼ੇਰਾਂਵਾਲਾ ਬਾਗ ਜਿਹੜਾ ਨਾ ਬਹੁਤ ਪੁਰਾਣਾ ਅਤੇ ਮਸ਼ਹੂਰ ਬਾਗ ਆ। ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੋਂ, ਪੁਰਾਣੇ ਦੌਰ ਤੋਂ ਚੱਲਾ ਹੁੰਦਾ ਕਿ ਇੱਥੇ ਜਿਹੜੇ ਉਹਨਾਂ ਦੀਆਂ ਰਾਣੀਆਂ ਮਹਾਰਾਜੇ ਇੱਥੇ ਵਾਕ ਕਰਨ ਆਉਂਦੇ ਸੀ, ਸੈਰ ਕਰਨ ਆਉਂਦੇ ਸੀ। ਅੰਡਰਗਰਾਊਂਡ ਸੁਰੰਗਾਂ ਜਿਹੜੀਆਂ ਉਹਨਾਂ ਹਵੇਲੀਆਂ ਦੇ ਉੱਥੇ ਤੱਕ ਆਉਂਦੀਆਂ ਸੀ। ਆ ਜਾਓ ਤੁਹਾਨੂੰ ਲੈ ਕੇ ਚੱਲਦੇ, ਚਲੋ ਜੀ। ਹਾਂ ਤਕਰੀਬਨ ਇਹਦਾ ਸੁਣਿਆ ਸ਼ੇਰਾਂ ਵਾਲੇ ਬਾਗ ਦਾ ਕਿ ਨਹੀਂ? ਨਹੀਂ ਜੀ। ਅੱਛਾ, ਇਹ ਮੈਂ ਜਿਵੇਂ ਅੱਗੇ ਦੱਸਣ ਡਿਆ ਉਹ ਪੁਰਾਣੀ ਹਵੇਲੀ ਵੀ ਇੱਕ ਨਜ਼ਰ ਆਉਂਦੀ ਹੈ। ਇਹ ਅੰਡਰਗਰਾਊਂਡ ਇੱਥੇ ਆਉਂਦੀ ਸੀ, ਇਹਨਾਂ ਸੁਰੰਗਾਂ ਆਉਂਦੀਆਂ ਸੀ ਨਾ ਘਰਾਂ ਤੋਂ ਇੱਥੇ ਤੱਕ, ਜਿਹੜੇ ਮਹਾਰਾਜੇ ਆ ਰਾਣੀਆਂ ਉਹ ਸੈਰ ਕਰਨ ਆਉਂਦੀਆਂ ਸੀ ਇੱਥੇ, ਇਸ ਪਾਰਕ ਦੇ ਵਿੱਚ ਸੈਰ ਕਰਨ ਆਉਂਦੇ। ਚਲੋ ਜੀ, ਅਸੀਂ ਹੁਣ ਪਹੁੰਚ ਚੁੱਕੇ ਹਾਂ ਸ਼ੇਰਾਂ ਵਾਲੇ ਬਾਗ ਦੇ ਵਿੱਚ, ਜਿੱਥੇ ਉਹਨਾਂ ਦੀ ਮਹਾ ਸਿੰਘ ਦੀ ਜਿਹੜੀ ਸੱਥ ਆ, ਜਿਹੜੇ ਉਹ ਬਹਿੰਦੇ ਹੁੰਦੇ ਸਨ ਇੱਥੇ, ਇੱਥੇ ਫੈਸਲੇ ਫੂਸਲੇ ਲੋਕਾਂ ਦੇ ਕਰਦੇ ਸਨ, ਆਵਾਮ ਦੇ ਉਹਨਾਂ ਦੇ ਮਸਾਇਲ ਸੁਣਦੇ ਸਨ। ਬਹੁਤ ਸੋਹਣੀ ਪਿਆਰੀ ਬਿਲਡਿੰਗ, ਨਕਸ਼ੋ ਨਿਗਾਰ ਬਹੁਤ ਸੋਹਣੇ, ਬਹੁਤ ਖੂਬਸੂਰਤ, ਹਾਲੇ ਵੀ ਬਿਲਕੁਲ ਨੁਮਾਇਆ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਇੱਥੇ। ਵੇਖੋ ਕਿੱਡੀ ਖੂਬਸੂਰਤ ਬਿਲਡਿੰਗ ਹੈ, ਇੰਤਹਾਈ ਖੂਬਸੂਰਤੀ ਦੇ ਨਾਲ ਬਣਾਈ ਗਈ। ਅੱਜ ਕੁਛ ਇਸੇ ਬਾਹਰ ਦੇ ਨੇ, ਇਹ ਚਾਰੇ ਪਾਸੇ ਇਸੇ ਤਰ੍ਹਾਂ ਹੀ ਹੈ। ਮੈਂ ਤੁਹਾਨੂੰ ਦੂਜੀ ਸਾਈਡਾਂ ਤੋਂ ਵੀ ਜਿਹੜੀ ਵਿਖਾਉਣ ਦੀ ਕੋਸ਼ਿਸ਼ ਕਰਦਾ। ਇਹ ਜਿਵੇਂ ਤੁਹਾਨੂੰ ਦੱਸਿਆ ਉਹ ਸਾਹਮਣੀ ਸਾਈਡ 'ਤੇ, ਉੱਥੋਂ ਅਸੀਂ ਨਿਕਲ ਕੇ ਆਏ ਹਾਂ। ਉੱਥੇ ਹਵੇਲੀਆਂ ਸਨ ਹਰੀ ਸਿੰਘ ਨਲਵਾ ਦੀ, ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਥ ਪਲੇਸ ਆਹ ਉਹਦੀ ਦੂਜੀ ਸਾਈਡ ਹੈ। ਬਿਲਕੁਲ ਉਸ ਪਾਸੇ ਵੇਖੋਗੇ ਸਫੈਦਿਆਂ ਦੇ ਪਿਛਲੀ ਸਾਈਡ 'ਤੇ ਸਮਾਧੀ ਹੈ ਮਹਾ ਸਿੰਘ ਦੀ, ਅਤੇ ਨਾਲ ਹੀ ਉਹਨਾਂ ਦਾ ਇੱਕ ਛੋਟਾ ਜਿਹਾ ਘਰ ਵੀ ਸੀ ਸ਼ਾਇਦ, ਉਹ ਜਦੋਂ ਇੱਥੇ ਸੱਥ ਲੱਗਦੀ ਹੋਵੇਗੀ ਇੱਥੇ ਬਹਿੰਦੇ ਹੋਣਗੇ। ਸੋ ਇਸ ਤਰ੍ਹਾਂ ਦਾ ਹੋਣਾ ਉਹਨਾਂ ਦਾ ਮਾਹੌਲ ਨਿਜ਼ਾਮ। ਵੇਖੋ ਦੂਜੀ ਸਾਈਡ 'ਤੇ ਅਸੀਂ ਆਏ। ਇਸ ਵੇਲੇ ਪਹੁੰਚ ਚੁੱਕੇ ਅਸੀਂ ਸਮਾਧ, ਜਿਹੜੀ ਮਹਾ ਸਿੰਘ ਹੋਣਾ ਦੀ ਸਮਾਧ ਇੱਥੇ ਬਣਾਈ ਗਈ ਹੈ ਸ਼ੇਰਾਂਵਾਲਾ ਬਾਗ ਦੇ ਬਿਲਕੁਲ ਨਾਲ। ਹੁਣ ਇੱਥੇ ਇਸ ਸਾਈਡ 'ਤੇ ਸਕੂਲ ਬਣ ਗਿਆ, ਇਹ ਲਾਸਟ ਟਾਈਮ ਅਸੀਂ ਸਾਰਾ ਸਕੂਲ ਦੀ ਬਿਲਡਿੰਗ ਹੈ, ਲੇਕਿਨ ਉਹ ਜਿਹੜੀ ਸਮਾਧ ਆ ਉਹਦਾ ਕੁਛ ਸਾਈਡ 'ਤੇ ਕੁਛ ਹਿੱਸਾ ਉਸ ਸਾਈਡ ਤੋਂ ਬਾਜ਼ਾਰ ਨੂੰ ਲੱਗਦਾ। ਅਸੀਂ ਲਾਸਟ ਟਾਈਮ ਬਾਜ਼ਾਰ ਤੋਂ ਆਏ ਸਾਂ ਇਸ ਸਾਈਡ 'ਤੇ, ਇਹਦੇ ਬਿਲਕੁਲ ਨਾਲ ਹੀ ਉਹ ਛੋਟਾ ਜਿਹਾ ਘਰ ਸੀ ਜਿਹੜਾ ਮੈਂ ਅੱਗੇ ਤੁਹਾਨੂੰ ਦੱਸਿਆ ਸੀ ਵੀਡੀਓ 'ਚ। ਸਮਾਧ ਹੈ ਜੀ, ਕੀ ਹੈ ਸਮਾਧ, ਕਿਹਨਾਂ ਦੀ ਆ ਪਤਾ? ਇਹ ਰਾਜਾ ਜੀ ਸਿੰਘ ਵਾਲ ਸਾਹਿਬ ਦੀ ਸਮਾਧ ਹੈ, ਮਹਾ ਸਿੰਘ। ਹਾਂ ਠੀਕ, ਇੱਥੇ ਨਾਲ ਪਰਲੀ ਸਾਈਡ 'ਤੇ ਗਲੀ 'ਚ ਘਰ ਵੀ ਸੀ ਇਸੇ ਬਿਲਡਿੰਗ ਦਾ, ਬਿਲਡਿੰਗ ਦਾ ਘਰ ਜੋ ਮੱਛੀ ਮੰਡੀ ਘਰ ਦਾ ਹਵੇਲੀ ਜੈ ਪਦਾਸ਼ੀ। ਨਹੀਂ ਨਹੀਂ, ਇਹਦੇ ਨਾਲ ਅਗਲੇ ਬੰਨੇ ਸੀ ਪਿੱਛੇ, ਜੇ ਮੈਂ ਆਇਆ ਸੀ ਉਦੋਂ ਵੇਖਿਆ ਸੀ ਘਰ ਇੱਕ ਨਾ।
ਹਾਂ ਹਵੇਲੀ ਬਣੀ ਉਹ ਬਿਲਕੁਲ ਆਫ ਸਾਈਡ 'ਤੇ ਸੀ ਸੱਜੀ ਸਾਈਡ 'ਤੇ ਅਤੇ ਮੈਂ ਤੁਹਾਨੂੰ ਇਹਦਾ ਥੋੜ੍ਹਾ ਜਿਹਾ ਵਿਖਾਦਾ ਜੀ ਵੇਖੋ ਸਵਾਦ ਹੀ ਬੜੀ ਵੱਡੀ ਬਣਾਈ ਸੀ ਕਿੰਨਾ ਲੰਬਾ ਚੌੜਾ ਸੀ ਸਵਾਦ ਦਾ ਹਿੱਸਾ ਇਸ ਸਾਈਡ ਤੋਂ ਹੁਣ ਬੰਦ ਕਰ ਦਿੱਤਾ ਗਿਆ ਇਹਨੂੰ ਕਿਉਂਕਿ ਵਕਤ ਦੇ ਨਾਲ ਨਾਲ ਫਿਰ ਚੀਜ਼ਾਂ ਖਰਾਬ ਹੋ ਜਾਂਦੀਆਂ ਇੱਟਾਂ ਜਿਹੜੀਆਂ ਉਹੀ ਨੇ ਨਾ ਨਕਸ਼ਾ ਇੱਟ ਲੱਗੀ ਇਹਨਾਂ 'ਤੇ ਜਿਹੜੀ ਬਰੀਕ ਆਹ ਸਾਈਡਾਂ ਬੰਦ ਕੀਤੀਆਂ ਗਈਆਂ ਵਿੱਚ ਬੋਰਡ ਦੇ ਦਰਖਤ ਜਿਹੜੇ ਨੇ ਹਾਂ ਪਿੱਪਲ ਦੇ ਬੋਰਡ ਦੇ ਪਿੱਪਲ ਦੇ ਉੱਗੇ ਨੇ ਵੇਖੋ ਇਹਦੀ ਬੈਕ ਸਾਈਡ 'ਤੇ ਇੱਧਰ ਸ਼ੇਰਾਂ ਵਾਲਾ ਬਾਗ ਹੈ ਇੱਧਰ ਸਮਾਨ ਦਾ ਹਿੱਸਾ ਇਹਦੀ ਪਰਲੀ ਸਾਈਡ 'ਤੇ ਗਲੀ ਲੱਗਦੀ ਜਿਹੜੀ ਮੈਂ ਤੁਹਾਨੂੰ ਅੱਗੇ ਕਹਿਣ ਡਿਆ ਸੀ ਉਹ ਗਲੀ ਹੈ ਸੋ ਇਹ ਸੀ ਸਵਾਦ ਮਹਾ ਸਿੰਘ ਹੋਣਾ ਦੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਈ ਸੀ ਕੋਈ 350 ਸਾਲ ਇਹ ਪੁਰਾਣੀ ਆ ਇਹ ਬਿਲਡਿੰਗ ਹੁਣ ਵੈਸੇ ਅਸੀਂ ਲਾਸਟ ਟਾਈਮ ਆਏ ਸਾਂ ਪਰਲੀ ਸਾਈਡ 'ਤੇ ਖੁੱਲ੍ਹਾ ਸੀ ਲੇਕਿਨ ਹੁਣ ਇੱਥੇ ਕਬਜ਼ਾ ਹੋ ਗਿਆ ਅਤੇ ਫਿਰ ਹੁਣ ਡੀ ਸੀ ਸਾਹਿਬ ਨੇ ਇਹ ਆਪਣੇ ਅੰਡਰ ਕਰਕੇ ਅਤੇ ਇਹਨੂੰ ਸੀਲ ਕੀਤਾ ਆ ਅਤੇ ਇਹਨੂੰ ਲੋਕ ਆ ਮਤਲਬ ਵੀ ਇੱਥੋਂ ਵਾਕਜਾਰ ਕਰਵਾਈ ਸੀ ਇਹ ਸਮਾਧ ਅਤੇ ਅੱਗੇ ਤੁਹਾਨੂੰ ਹੁਣ ਅਗਲੇ ਦਰਸ਼ਨਾਂ ਨੂੰ ਲੈ ਕੇ ਚੱਲਦੇ ਹਾਂ ਸ਼ੇਰਾਂ ਵਾਲਾ ਬਾਗ ਦੇ ਵਿੱਚ ਭਲਵਾਨਾਂ ਦੇ ਅਖਾੜੇ 'ਤੇ ਉਸ ਤੋਂ ਬਾਅਦ ਗੁਜਰਾਂ ਵਾਲਾ ਵਿਖਾਵਾਂਗੇ ਆਓ ਫਿਰ ਚੱਲੀਏ ਲਓ ਵੀ ਦੋਸਤੋ ਇਹ ਸੀ ਸਾਡਾ ਅੱਜ ਦਾ ਗੁਜਰਾਂ ਵਾਲੇ ਦਾ ਵਲੋਗ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਮਹਾ ਸਿੰਘ ਦੀ ਸਮਾਧ ਹਰੀ ਸਿੰਘ ਨਲਵਾਉਣਾ ਦਾ ਬਰਥ ਪਲੇਸ ਸ਼ੇਰਾਂ ਵਾਲਾ ਬਾਗ ਸਾਰਾ ਕੁਛ ਤੁਹਾਨੂੰ ਆਇਆ ਭਲਵਾਨ ਰਹਿ ਗਏ ਵਿਖਾਉਣ ਵਾਲੇ ਕਿਉਂਕਿ ਭਲਵਾਨ ਜਦੋਂ ਅਸੀਂ ਆਏ ਹਾਂ ਆਪਣਾ ਨਹਾ ਧੋ ਕੇ ਜਾ ਚੁੱਕੇ ਸਨ ਬਜ਼ਾਰ ਸਾਨੂੰ ਉਹ ਤੁਹਾਨੂੰ ਵਿਖਾਇਆ ਜੀ ਗੁਜਰਾਂ ਵਾਲੇ ਦੇ ਇਸ ਤਰ੍ਹਾਂ ਦੇ ਵਲੋਗਸ ਜਿਹੜੇ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਅਗਲੇ ਆਉਣ ਵਾਲੇ ਵੀਡੀਓਜ਼ ਦੇ ਵਿੱਚ ਜੇ ਪਸੰਦ ਆਏ ਸਾਡੇ ਵਲੋਗ ਤਾਂ ਕਮੈਂਟ ਕਰਨਾ ਨਾ ਭੁੱਲਿਓ ਦੱਸਿਓ ਜ਼ਰੂਰ ਸੁਜੈਸ਼ਨ ਜ਼ਰੂਰ ਦਿਓ ਵੀ ਅਸੀਂ ਇਹ 'ਚ ਕੀ ਬਿਹਤਰੀ ਲਿਆ ਸਕਦੇ ਹਾਂ ਅਤੇ ਉਹਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਫਿਰ ਅਗਲੇ ਵਲੋਗ 'ਚ ਰੱਬ ਰੱਖ